أعوذ بالله من الشيطان الرجيم. بسم الله الرحمن الرحيم. يا كاشف الكرب عن وجه الحسين الإسلام اكشف كربي وكرب المؤمنين بحق أخيك الحسين الإسلام. يا باب الحوائج يا حجاب المصائب ادرکنی ادرکنی فی سبیل اللہ. مالک توڑا عظیم مقصد واسطے عظیم مقام تے ٹورایا اپنی بارگاہ وچ منظور فرمائے. بانیاں دی صفحے ادا وچ آیا ذاکرین وے زندہ پڑھیا میں اگیر سید دے چند لفظ مالک اپنی بارگاہ وچ منظور فرمائے. حسین دی ماں تانوں کہندا محتاج نہ کرے. اپنی اپنی دعا دی قبولیت واسطے بلند صلوات پڑھو. سلوات پڑھنا عظیم عبادت ہے. بلند سلوات پڑھو. نعرہ تکبیر. ماشاءاللہ اپنے آپ کو تھوڑا نہیں سمجھنا کافی بات تشریف فرماؤ. بلند نعرہ تکبیر. نعرہ رسالت. نعرہ رسالت. نعرہ حیدری. یک زبان ہو کے دوئیں ہاتھ بلند کر کے نعرے حیدری زبان متر فرماؤ سلوات نال. ماشاءاللہ سو گلا تہرے رے سے
ਭੈਣ ਵਾਲੇ ਪਾਸੇ ਦੇਖਿਆ ਤੇ ਭੈਣ ਭਰਾ ਜਿਹੜਾ ਵੀ ਗਰੀਬ ਹੋਵੇ, ਭੈਣ ਜਦੋਂ ਭਰਾ ਦੀ ਲਾਸ਼ ਤੇ ਆਉਂਦੀ ਹੈ ਨਾ, ਪਹਿਲਾਂ ਵਹਿਣ ਕਰਕੇ ਆਉਂਦੀ ਹੈ, ਆਇਓ ਮੇਰਾ ਨਬਾਬੇਰ ਹੁਸੈਨ ਸ਼ਾਹ ਲਓ, ਨਬਾਬ ਦਾ ਲਫ਼ਜ਼ ਮੁੱਕਾ ਨਹੀਂ, ਅਲੀ ਦੇ ਦੇ ਨੇ ਮਾਤਮ ਸ਼ੁਰੂ ਕੀਤਾ ਹੈ, ਰੋ ਰੋ ਕੇ ਆਉਂਦੀ ਹੈ, ਅੱਲਾ ਦੇ ਨਾਂ ਤੇ ਦੱਸਾ ਨਬਾਬਾਂ ਦੀਆਂ ਭੈਣਾਂ ਇੰਜ ਆਉਂਦੀਆਂ ਨੇ, ਅਜਰ ਹੁਕਮਲ ਅੱਲਾ ਜਵਾਨੀਆਂ ਮਾਣੋ ਨਬਾਬਾਂ ਦੀਆਂ ਦਈਆਂ ਦੇ ਹੱਥ ਪਸੇ ਕਰਦਨ ਬੱਧੇ ਹੋਏ ਹੁੰਦੇ। ਭਰਾ ਦੀ ਲਾਸ਼ ਤੇ ਰੋਂਦੀ ਬੈਠੀ ਆਈ, ਸੈਯਦਾਂ ਅਦਬ ਨਾਲ ਪੜਦਾ ਮੁਸਲਮਾਨਾਂ ਸਜਾਦ ਬਾਦਸ਼ਾਹ ਦੀ ਕੰਢ ਤੇ ਕੁਝ ਸਤਰਾਂ ਲਿਖਣੀਆਂ ਸ਼ੁਰੂ ਕੀਤੀਆਂ, ਕਲਮ ਦੇ ਨੋ ਕਿਤਨੀ ਤੇਜ਼ ਆਈ, ਸਿਆਹੀ ਕਾਗਜ਼ ਤੋਂ ਜ਼ਮੀਨ ਤੇ ਲੁੜ ਪਈ ਏ, ਜਿਵੇਂ ਹੁਸੈਨ ਦੀ ਭੈਣ ਡੇਦੀ ਪਜਾਈ, ਰੋ ਰੋ ਕਿਆ ਦੀ ਜ਼ਾਲਮੋ ਮੇਰੇ ਹਿੱਕ ਬਚ ਗਏ, ਮੈਂ ਬਿਰਾਂ ਦੀ ਲਾਸ਼ ਛੁੜਿਆ ਦੀ ਕੰਢ ਤੇ ਜ਼ੁਲਮ ਨਾ ਕਰੋ, ਛੋੜ ਦਿੱਤੀਆਂ ਬਿਰਾਂ ਦੀਆਂ ਲਾਸ਼ਾਂ ਉੱਥਾਂ ਆਈਆਂ ਜਿੱਥੇ ਆਉਣ ਦੇ ਲੈ ਕਨੰਦ ਮਾਤਮੀਓ। ਜਦੋਂ ਤੁਹਾਡੀ ਤੇ ਮੇਰੀ ਸੈਣ ਨੇ ਗੁਫਾ ਦੀ ਗੱਲੀ ਚ ਗੁਜ਼ਰੀ ਹੈ ਨਾ, ਤੇ ਉੱਚੀ ਰੁਨੀ ਅਲੀ ਦੇ ਦੇ ਰੋ ਕੇ ਫੁਰਾਂ ਦੀ ਬੱਚੇ ਦਾ ਸਜਾਦ ਸ਼ਰੀਫ ਕਹਿੰਦਾ ਉਧਾਰ ਨਹੀਂ ਅਕਦੇ, ਉਹ ਦੇਖੇ ਨਾ ਸਾਹਮਣੇ ਹਬੀਬ ਇਬਨੇ ਮਜ਼ਹਰ ਦਾ ਘਰ ਵੀ ਆ ਕੇ ਕਿਬਲਾ ਸਾਹਿਬ ਪੜ੍ਹਦੇ ਪਿਆ, ਜੋ ਹੁਸਨ ਕਰਬਲਾ ਦਾ ਵੱਡਾ ਸ਼ਹੀਦ ਆਈ ਹਬੀਬ, ਹਬੀਬ ਦਾ ਸਾਹਮਣੇ ਘਰ ਆ ਕੇ ਸ਼ਰੀਫ ਕਹਿੰਦਾ ਉਧਾਰ ਨਹੀਂ ਰੱਖਦੇ, ਮੈਂ ਆ ਨਵੀ ਦੀ ਨਵਾਸੀ, ਉਹ ਹੈ ਮੇਰੇ ਪਿਆਰ ਤੋਂ ਕੁਰਬਾਨ, ਮੈਂ ਬਣ ਕੇ ਜ਼ੋਜੇ ਹਬੀਬ ਕੋ ਪੁਰਸ਼ਾ ਦੇ ਬਣਾਈ, ਸਜਾ ਦੀ ਆਵਾਜ਼ ਪੈਂਦੀ ਆ ਮਾਂ ਮੇਰੇ ਹੱਥ 'ਚ ਮੁਹਾਰ ਮਾਂਬਲ ਦੀ, ਮੈਂ ਮੁਹਾਰ ਮਾਂਬਲ ਦੇ ਕਹਿਣ ਕੇ ਹਬੀਬ ਦੇ ਘਰ ਦੇ ਕੋਲ ਕਹਿਣ ਲੈ ਨਾ, ਅੰਮਾ ਜ਼ੋਜੇ ਹਬੀਬ ਅਸੀਂ ਮਕਾਨ ਦੇ ਛੱਤ 'ਤੇ, ਤੂੰ ਅਲੀ ਦੀ ਧੀ ਹੈ, ਤੂੰ ਉਸ ਮਾਂਬਲ 'ਚ, ਅੰਮਾ ਤੂੰ ਰੱਜ ਕੇ ਮਕਾਨ ਦੇ ਲਵੇਂ, ਮਾਂਬਲ ਗਿਣ ਕੇ ਤੁਹਾਡੇ 'ਤੇ ਮੇਰਾ ਰੱਤ ਰਾਉਣ ਵਾਲਾ ਮਜ਼ਲੂਮ ਇਮਾਮ, ਉੱਥਾਂ ਹੈ ਜਿੱਥੇ ਹਬੀਬ ਦਾ ਘਰ ਆਈ, ਅਲੀ ਦੇ ਦੀਨ ਕਿਆ ਡਿੱਠੇ, ਹਬੀਬ ਦੇ ਪੁੱਤਰ ਨਾ ਕਾਸਿਮ ਨੇ ਕੈਦੀਆਂ ਦਾ ਤਮਾਸ਼ਾ ਛੱਤ 'ਤੇ ਚੜ੍ਹ ਕੇ ਖਿਲਾਡੇ ਦਏ, ਅਲੀ ਦੀ ਦੀ ਉੱਚਾ ਬਿਆਨ ਕੀਤਾ, ਬੀਬੀ ਰੋ ਰੋ ਕੇ ਫਰਮਾਉਂਦੇ ਪੈਣ ਬੱਚਾ ਮੇਰਾ ਸਲਾਮ ਹੋਵੇ, ਬਾਤਮੀਓ ਕਾਸਿਮ ਦਾ ਸਾਹਮਣਾ ਛੋਟਾ ਡਰ ਗਿਆ, ਕੈਦਨ ਪਹਿਲੀ ਦਫ਼ਾ ਡਿੱਠੀ ਆ ਸਾਹਮਣੇ ਆ ਕੇ, ਕਹਿਦਨ ਬੀਬੀ ਤੂੰ ਕੌਣ ਹੈ, ਬੀਬੀ ਆਦੀ ਮੈਨੂੰ ਸੁਣਾਉਣ, ਮੈਂ ਤੇਰੇ ਢੇਰ ਸਾਰੇ ਲੱਗਦੀ ਹਾਂ, ਕਾਸਿਮ ਦੀ ਆਵਾਜ਼ ਪੈਂਦੀ ਹੈ, ਕਹਿਦਨ ਬੀਬੀ ਤੂੰ ਜੋ ਮੈਨੂੰ ਲੱਗਦੀ ਹਾਂ, ਮੈਂ ਆ ਤੈਨੂੰ ਪਹਿਲੇ ਤਾਂ ਮੈਂ ਕਿਦਾਂ ਹੀ ਡਿੱਠਾ ਹੋਇਆ, ਤੇਰੇ ਸਰ 'ਤੇ ਚਾਦਰ ਕੋਈ ਨਹੀਂ, ਤੁਹਾਡਾ ਸਰ ਜ਼ਖਮੀ ਹੈ, ਬੀਬੀ ਆਦੀ ਆਈ ਉਹ ਅਰਮਾਨ ਹੈ, ਮੈਨੂੰ ਪਹਿਲੇ ਡਿੱਠਾ ਹੀ ਕਹਿਣ ਆਈ, ਜਲਦੀ ਕਰ ਮਾਂ ਕੋ ਸਾਡਾ ਜੋ ਮਦੀਨੇ ਚੋਂ ਕੈਦਨ ਬਹਿਣ ਮਿਲਣ ਆਈ ਆ, ਕਾਸਿਮ ਬੈਦਾਂ ਦਾ ਚੋਟੀਆਂ ਹਵਾ ਚੁੱਟਦੀਆਂ ਆਉਂਦੀਆਂ, ਅਕਲ ਮਾ ਗਿਆ ਦਾ ਅੰਮਾ ਬਾਜਾ, ਕਿਹੜਾ